ਅੱਜ ਮਾਰਕਫੈਡ ਦੇ ਮੁੱਖ ਦਫ਼ਤਰ ਸਾਹਮਣੇ ਦੱਖਣ ਮਾਰਗ 'ਤੇ ਸਥਿਤ SCO ਨੰਬਰ 2945 ਅਤੇ 46 ਸੈਕਟਰ 22C ਚੰਡੀਗੜ੍ਹ ਵਿਖੇ ਚੱਲ ਰਹੀ ਮਾਰਕਫੈਡ ਬਾਜ਼ਾਰ ਦੀ ਪਹਿਲੀ ਮੰਜ਼ਿਲ 'ਤੇ ਵਿਰਸਾ ਗ੍ਰਾਮ ਪੰਜਾਬੀਅਤ ਦੀ ਪਹਿਚਾਣ ਦਾ ਉਦਘਾਟਨ ਸ਼੍ਰੀ ਰਜਤ ਅਗਰਵਾਲ IAS ਰਜਿਸਟਰਡ ਸਹਿਕਾਰੀ ਸਭਾਵਾਂ ਨੇ ਆਪਣੇ ਘਰ ਕਮਲਾਂ ਨਾਲ ਕੀਤਾ। ਸਹਿਕਾਰਤਾ ਦੀਆਂ ਘਰੇਲੂ ਇਕਾਈਆਂ ਨੂੰ ਲਾਮਬੱਧ ਕਰਕੇ ਸਵੈ ਸਹਾਇਤਾ ਗਰੁੱਪਾਂ ਦੇ ਉਤਪਾਦਾਂ ਦੀ ਪ੍ਰਦਰਸ਼ਨੀ ਅਤੇ ਵਿਕਰੀ ਦੇ ਪ੍ਰਬੰਧ ਕੀਤੇ ਗਏ। ਪੰਜਾਬ ਦੇ ਵੱਖ ਵੱਖ ਜ਼ਿਲ੍ਹਿਆਂ ਤੋਂ ਉੱਘੇ ਸਵੈ ਸਹਾਇਤਾ ਗਰੁੱਪਾਂ ਨੇ ਇਸ ਵਿੱਚ ਭਾਗ ਲਿਆ। ਮਾਰਕਫੈਡ ਦੇ ਪ੍ਰਬੰਧਕ ਨਿਰਦੇਸ਼ਕ ਸ਼੍ਰੀ ਅਰਸ਼ਦੀਪ ਸਿੰਘ ਥਿੰਦ IAS ਨੇ ਜਾਣੂ ਕਰਵਾਇਆ ਕਿ ਸਵੈ ਸਹਾਇਤਾ ਗਰੁੱਪਾਂ ਦੇ ਉਤਪਾਦਾਂ ਦਾ ਸੁਚੱਜਾ ਮੰਡੀਕਰਨ ਹਮੇਸ਼ਾ ਇੱਕ ਚੁਣੌਤੀ ਰਿਹਾ ਹੈ। ਵਿਰਸਾ ਗ੍ਰਾਮ ਪੰਜਾਬੀਅਤ ਦੀ ਪਹਿਚਾਣ, ਇਹ ਇਸ ਪਾਸੇ ਲਈ ਇਹ ਉੱਦਮ ਤਾਂ ਹੀ ਚੱਕਿਆ ਗਿਆ ਸੀ ਕਿ ਮਾਰਕੀਟਿੰਗ ਸਾਰੇ ਸੈਲਫ ਹੈਲਪ ਗਰੁੱਪਸ ਦੀ ਕਰਵਾਈ ਜਾ ਸਕੇ। ਮਾਰਕਫੈਡ ਦਾ ਇੱਕ ਮੇਨ ਓਬਜੈਕਟਿਵ ਹੈ ਕਿ ਜੋ ਫਾਰਮਰਸ ਹੀ ਪ੍ਰੋਡਿਊਸ ਹੈ ਉਹਨਾਂ ਦੀ ਮਾਰਕੀਟਿੰਗ ਕਰਵਾਉਣਾ। ਸੋ ਪਿੰਡਾਂ ਦੇ ਵਿੱਚ ਅਗਰ ਕੋਈ ਸੈਲਫ ਹੈਲਪ ਗਰੁੱਪ ਹੈ, ਜੇਕਰ ਹੁਣ ਕੋਆਪਰੇਟਿਵ ਡਿਪਾਰਟਮੈਂਟ ਦੇ, ਇਸ ਤੋਂ ਇਲਾਵਾ ਅਗਰ ਕਿਸੇ ਹੋਰ ਕੋਆਪਰੇਟਿਵ ਡਿਪਾਰਟਮੈਂਟ ਦੇ ਵੀ ਕੋਈ ਸੈਲਫ ਕਿਸੇ ਹੋਰ ਡਿਪਾਰਟਮੈਂਟ ਦੇ ਵੀ ਸੈਲਫ ਹੈਲਪ ਗਰੁੱਪ, ਜੇਕਰ ਉਹਨਾਂ ਨੇ ਵੀ ਮਾਰਕੀਟਿੰਗ ਲਈ ਮਾਰਕਫੈਡ ਦੀਆਂ ਫੈਸਿਲਿਟੀਜ਼ ਨੂੰ ਯੂਟੀਲਾਈਜ਼ ਕਰਨਾ ਹੈ ਤਾਂ ਉਹ ਜ਼ਰੂਰ ਸਾਨੂੰ ਸੰਪਰਕ ਕਰ ਸਕਦੇ ਹਨ। ਇਹਨਾਂ ਗਰੁੱਪਾਂ ਦੀ ਨੁਮਾਇੰਦਗੀ ਕਰਦੇ ਮਰਦ ਅਤੇ ਔਰਤਾਂ ਨੂੰ ਸੰਬੋਧਨ ਕਰਦਿਆਂ ਰਜਿਸਟਰਾਰ ਸਹਿਕਾਰੀ ਸਭਾਵਾਂ ਸ਼੍ਰੀ ਰਜਤ ਅਗਰਵਾਲ ਨੇ ਭਰੋਸਾ ਦਿਵਾਇਆ ਕਿ ਪੇਂਡੂ ਲੋਕਾਂ ਦੀ ਆਮਦਨ ਵਿੱਚ ਵਾਧਾ ਕਰਨਾ ਸਰਕਾਰ ਦਾ ਮੁੱਖ ਆਦੇਸ਼ ਹੋਣ ਕਰਕੇ ਕਿਹਾ। ਸਹਿਕਾਰਤਾ ਵਿਭਾਗ ਦੇ ਵਿੱਚ ਜਿਹੜੇ ਸੈਲਫ ਹੈਲਪ ਗਰੁੱਪ ਹੈਗੇ ਹੈ, ਇਹ ਬਹੁਤ ਹੀ ਵਧੀਆ ਕੰਮ ਕਰਦੇ ਨੇ। ਇਹਨਾਂ ਦਾ ਆਪਣੇ ਆਪ ਜੋ ਪ੍ਰੋਡਕਸ਼ਨ ਹੈ, ਜੋ ਪ੍ਰੋਡਕਟਸ ਹੈ, ਬਹੁਤ ਵਧੀਆ ਹੈ। ਇੱਥੇ ਤੱਕ ਕਿ ਔਰਗੈਨਿਕ ਪ੍ਰੋਡਕਟਸ ਵੀ ਇਹਨਾਂ ਦੇ ਹੈਗੇ। ਕੁਛ ਗਰੁੱਪਸ ਇਹੋ ਜਿਹੇ ਹੈਗੇ ਜਿਨ੍ਹਾਂ ਦੇ ਮਗਰ ਬੰਦੇ 100-100 ਸਾਲਾਂ ਦਾ ਉਹ ਕੰਮ ਕਰ ਰਹੇ ਨੇ, ਉਹਨਾਂ ਦੀ ਬੜੀ ਲਿਆਕਤ ਉਹਨਾਂ ਦੇ ਹੱਥਾਂ ਦੇ ਵਿੱਚ ਹੈਗੀ ਹੈ। ਮਾਰਕੀਟਿੰਗ ਪੱਖੋਂ ਉਹਨਾਂ ਨੂੰ ਸਦਾ ਪ੍ਰੋਬਲਮ ਆਉਂਦੀ ਰਹਿੰਦੀ ਹੈ। ਮਾਰਕੀਟਿੰਗ ਦੇ ਸੁਵਿਧਾਵਾਂ ਨਾ ਹੋਣ ਕਾਰਨ ਲੋਕਾਂ ਤੱਕ ਉਹਨਾਂ ਦੇ ਪ੍ਰੋਡਕਟਸ ਨਹੀਂ ਪਹੁੰਚ ਪਾਉਂਦੇ ਸੀ। ਇਹ ਇੱਕ ਪ੍ਰੋਬਲਮ ਹੈ ਜਿਹਦੇ ਨਾਲ ਅਸੀਂ ਗ੍ਰੈਪਲ ਕਰ ਰਹੇ ਹੈਗੇ ਹੈ। ਐਂਡ ਮਾਰਕੀਟਿੰਗ ਐਵੇਨਿਊਜ਼ ਦੇਣ ਵਾਸਤੇ ਬੜਾ ਵਿਚਾਰ ਮਹਿਕਮੇ ਦੇ ਵਿੱਚ ਕੀਤਾ ਗਿਆ। ਐਂਡ ਉਸ ਤੋਂ ਬਾਅਦ ਇਹ ਚੀਜ਼ ਸਾਹਮਣੇ ਆਈ ਕਿ ਮਾਰਕਫੈਡ ਦਾ ਇੱਕ ਬਹੁਤ ਹੀ ਵਧੀਆ ਇੱਕ ਸ਼ੋਰੂਮ ਸੈਕਟਰ 22 ਦੇ ਵਿੱਚ ਹੈਗਾ, ਜਿਸ ਦੇ ਵਿੱਚ ਉੱਪਰ ਜਗ੍ਹਾ ਖਾਲੀ ਹੈ। ਐਂਡ ਉਸ ਜਗ੍ਹਾ ਦੇ ਉੱਤੇ ਜੇ ਇਹਨਾਂ ਗਰੁੱਪਸ ਨੂੰ ਮਾਰਕੀਟਿੰਗ ਵਾਸਤੇ ਸਹੂਲਤਾਂ ਦਿੱਤੀਆਂ ਜਾਣ ਤਾਂ ਇਹਨਾਂ ਗਰੁੱਪਾਂ ਨੂੰ ਬਹੁਤ ਵਧੀਆ ਇੱਕ ਠੀਆ ਮਿਲ ਸਕਦਾ ਹੈ, ਜਿੱਥੇ ਕਸਟਮਰ ਦਾ ਫੁੱਟਫਾਲ ਵਧਾਇਆ ਜਾ ਸਕਦਾ ਹੈ ਅਤੇ ਇਹਨਾਂ ਦੇ ਪ੍ਰੋਡਕਟਸ ਨੂੰ ਲੋਕਾਂ ਤੱਕ ਪਹੁੰਚਾਇਆ ਜਾ ਸਕਦਾ ਹੈ। ਸ਼੍ਰੀ BM ਸ਼ਰਮਾ ਕਾਰਜਕਾਰੀ ਨਿਰਦੇਸ਼ਕ ਮਾਰਕਫੈਡ ਨੇ ਇਸ ਮੌਕੇ ਕਿਹਾ ਕਿ ਮਾਰਕਫੈਡ ਦੇ ਹਫ਼ਤਾਵਾਰੀ TV ਅਤੇ ਰੇਡੀਓ ਸ਼ੋਅ ਸਾਡਾ ਸੋਹਣਾ ਪੰਜਾਬ ਦੇ ਕਰਮਯੋਗੀ ਹਿੱਸੇ ਦਾ ਭਾਗ ਬਣਾ ਕੇ ਇਹਨਾਂ ਸਵੈ ਸਹਾਇਤਾ ਗਰੁੱਪਾਂ ਦੇ ਉਦਮ ਨੂੰ ਪ੍ਰਚਾਰਿਆ ਜਾਵੇਗਾ। ਅੱਜ ਪੰਜਾਬ ਦੇ ਸਹਿਕਾਰਤਾ ਖੇਤਰ ਦੇ ਵਿੱਚ ਕੰਮ ਕਰਦੇ ਸੈਲਫ ਹੈਲਪ ਗਰੁੱਪਾਂ ਵਾਸਤੇ ਬੜਾ ਇਤਿਹਾਸਕ ਦਿਨ ਹੈ, ਜਦੋਂ ਮਾਣਯੋਗ RCS ਪੰਜਾਬ ਰਜਤ ਅੱਗਰਵਾਲ ਜੀ ਨੇ ਆਪਣੇ ਘਰ ਕਮਲਾਂ ਨਾਲ ਚੰਡੀਗੜ੍ਹ ਦੇ ਵਿੱਚ ਸੈਕਟਰ 22 ਦੇ ਵਿੱਚ ਇਹਨਾਂ ਸੈਲਫ ਹੈਲਪ ਗਰੁੱਪਾਂ ਦੀ ਮਾਰਕੀਟਿੰਗ ਪ੍ਰਮੋਟ ਕਰਨ ਲਈ ਮਾਰਕਫੈਡ ਦੇ ਉਦਮ ਨਾਲ ਅੱਜ ਇੱਕ ਐਗਜੀਬਿਸ਼ਨ ਕਮ ਸੇਲ ਦਾ ਉਦਘਾਟਨ ਕੀਤਾ। ਅੱਜ ਭਾਗ ਲੈਣ ਵਾਲੇ ਗਰੁੱਪਾਂ ਵੱਲੋਂ ਖਾਣ ਵਾਲੀਆਂ ਵਸਤਾਂ ਜਿਵੇਂ ਅਚਾਰ, ਮੁਰੱਬਾ, ਚਟਨੀ, ਸ਼ਕੈਸ਼, ਸ਼ਹਿਦ, ਪਿੰਨੀਆਂ, ਜੂਸ, ਦਾਲਾਂ ਤੋਂ ਲੈ ਕੇ ਸਿਲਾਈ ਕਢਾਈ, ਫੁਲਕਾਰੀ ਅਤੇ ਪੰਜਾਬੀ ਜੁੱਤੀਆਂ ਦੀ ਪ੍ਰਦਰਸ਼ਨੀ ਅਤੇ ਵਿਕਰੀ ਵੀ ਕੀਤੀ ਗਈ। ਸਰਦਾਰ ਅਮਰਜੀਤ ਸਿੰਘ ਸੇਖੋਂ ਕਾਰਜਕਾਰੀ ਨਿਰਦੇਸ਼ਕ ਮਾਰਕੀਟਿੰਗ ਮਾਰਕਫੈਡ ਨੇ ਦੱਸਿਆ ਕਿ ਮਾਰਕਫੈਡ ਦੇ ਬਾਕੀ ਸ਼ਹਿਰਾਂ ਜਿਵੇਂ ਅੰਮ੍ਰਿਤਸਰ, ਜਲੰਧਰ ਅਤੇ ਲੁਧਿਆਣਾ ਵਿੱਚ ਖੋਲ੍ਹੇ ਮਾਰਕਫੈਡ ਬਾਜ਼ਾਰਾਂ ਵਿੱਚ ਇਹ ਉਦਮ ਦੁਹਰਾਇਆ ਜਾਵੇਗਾ। ਇਹ ਵਿਰਸਾ ਗ੍ਰਾਮ ਆਮ ਲੋਕਾਂ ਵਾਸਤੇ ਹਰ ਦਿਨ ਸਵੇਰੇ 10 ਵਜੇ ਤੋਂ ਸ਼ਾਮ 7:30 ਵਜੇ ਤੱਕ ਖੁੱਲ੍ਹਿਆ ਰਹੇਗਾ, ਜਿਸ ਦਾ ਲਾਭ ਚੰਡੀਗੜ੍ਹ ਵਾਸੀ ਉਠਾ ਸਕਦੇ ਹਨ। ਬਿਊਰੋ ਰਿਪੋਰਟ, ਚੈਨਲ 7 ਰੰਗ। ਫੋਰ ਮੋਰ ਅਪਡੇਟਸ ਸਬਸਕ੍ਰਾਈਬ ਚੈਨਲ 7 ਰੰਗ।